ਸਿੱਧੂ ਸਾਹਿਬ ਸ਼੍ਰੀ ਚਮਕੌਰ ਸਾਹਿਬ ਪਹੁੰਚੇ ਉਹਨਾਂ ਦੇ ਕਾਫਲੇ ਤੱਕ ਉਹਨਾਂ ਦੀ ਗੱਡੀ ਤੱਕ ਪ੍ਰਦਰਸ਼ਨਕਾਰੀ ਪਹੁੰਚ ਗਏ ਕਿਸਾਨ ਪਹੁੰਚੇ ਕਿਵੇਂ ਤੁਹਾਡੀ ਪੁਲਿਸ ਹੈ ਤੁਹਾਡੀ ਸਰਕਾਰ ਹੈ ਫਿਰ ਵੀ ਉੱਥੇ ਤੱਕ ਕਿਵੇਂ ਪਹੁੰਚ ਗਏ ਕੋਈ ਕਿਸੇ ਦੇ ਕਾਰਵਾਈ ਕਰਨ ਨੂੰ ਨਹੀਂ ਕਿਹਾ ਕੋਈ ਬਿਆਨ ਨਹੀਂ ਦਿੱਤਾ ਨਾ ਮੈਂ ਨਾ ਨਵਜੋਤ ਸਿੱਧੂ ਨੇ ਨਾ ਨਾਗਰਾ ਨੇ ਨਾ ਕਿਸੇ ਕਾਂਗਰਸ ਵਰਕਰ ਨੇ ਪਰ ਪਰਚੇ ਦਰਜ ਹੋਏ ਪੁਲਿਸ ਨੇ ਆਪਣੇ ਪੱਧਰ ਤੇ ਪਰਚਾ ਦਰਜ ਕੀਤਾ ਹੈ ਆਮੀ ਖਬਰਾਂ ਚ ਹੈਡਲਾਈਨਸ ਹੈ ਵੀ ਪੁਲਿਸ ਦੀ ਮਿਲੀ ਮਿਲੀਪੋਗਤਨ ਵਾਲੇ ਹਮਲੇ ਇੱਕ ਕਿੰਨਾ ਸੱਚਾਈ ਹੈ ਪੁਲਿਸ ਨੇ ਉਹਨਾਂ ਨੂੰ ਸਪੇਸ ਦਿੱਤਾ ਤਾਂ ਕਿ ਉਹ ਬੰਦੇ ਅੱਗੇ ਤੱਕ ਆ ਜਾਣ ਤੇ ਉਹ ਬੰਦਿਆਂ ਨੇ ਉੱਥੇ ਅਟੈਕ ਕੀਤਾ ਸਰ ਵੱਡੀ ਸਾਜਿਸ਼ ਨਹੀਂ ਲੱਗਦੀ ਸਰ ਜਦੋਂ 2017 ਦੀ ਇਲੈਕਸ਼ਨ ਦੀ ਸ਼ੁਰੂਆਤ ਹੋਈ ਸੀ ਤੁਹਾਡਾ ਸਲੋਗਨ ਸੀਗਾ ਕਿ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰੂਗਾ ਮਸਲੇ ਹੱਲ ਕਿਹੜੇ ਕਿਹੜੇ ਜਿਹੜੇ ਵਾਅਦੇ ਆ ਕਿਹੜੇ ਕਿਹੜੇ ਜਿਹੜੇ ਮਸਲੇ ਆ ਜਿਹੜੇ ਉਹ ਤੁਸੀਂ ਹੱਲ ਕੀਤੇ ਨਹੀਂ ਕਿ ਜਿਸ ਤਰ੍ਹਾਂ ਪੰਜੋ ਜੂਬੇ ਹਨ ਦੁਨੀਆ ਦੇ ਵਿੱਚ ਉਸੇ ਤਰ੍ਹਾਂ ਦਾ ਐਸੀ ਉਜੂਬਾ ਚਮਕੌਰ ਸਾਹਿਬ ਦੇ ਵਿੱਚ ਥੀਮ ਪਾਰਕ ਹੈ ਜਿਹੜਾ ਉੱਥੇ ਬਣਾ ਰਿਹਾ ਹੈ ਜਿੱਥੇ ਪੂਰੀ ਸਿੱਖ ਹਿਸਟਰੀ ਫਿਲਮਾਈ ਜਾਣੀ ਹੈ ਉਸ ਤੋਂ ਪਹਿਲਾਂ ਇੱਕ ਮਿੰਟ ਮੈਨੂੰ ਗਿਣਾ ਲੈਣ ਦਿਓ ਮੈਂ ਜੇ ਆਪਣੇ ਹਲਕੇ ਦੇ ਕੰਮ ਣਾਈ ਜਾਵਾਂਗਾ ਤਾਂ ਸ਼ਾਮ ਪੈ ਜਾਏਗੀ ਸਰ ਕਿਉਂਕਿ ਲੋਕ ਕਿਸ਼ਤੀ 'ਚ ਹਜੇ ਵੀ ਸਫ਼ਰ ਕਰਦੇ ਹਨ ਵੇਖਿਆ ਜੀ ਕਿਸ਼ਤੀਆਂ ਐਸੀ ਕਿਸ਼ਤੀਆਂ ਥੱਲੇ ਚੜਨ ਗਿਆ ਪੁਲ ਦੇ ਉੱਪਰ ਬੰਦੇ ਚੱਲਣਗੇ ਮੰਤਰੀ ਸਾਹਿਬ ਤੁਸੀਂ ਕਿਹਾ ਮੈਂ ਕਿਸਾਨਾਂ ਦੇ ਲਈ ਗੱਲ ਵੱਡ ਕੇ ਦੇਣ ਲਈ ਤਿਆਰ ਹਾਂ ਨਵਜੋਤ ਸਿੰਘ ਸਿੱਧੂ ਆਪਣੀ ਨੱਸ ਵੱਡ ਦੇਣਗੇ ਪਰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਕੱਲ ਸਿੱਧੂ ਸਾਹਿਬ ਦਾ ਵਿਰੋਧ ਕੀਤਾ ਗਿਆ ਵਿਰੋਧ ਕਰਨ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕਦ ਹੋਰ ਵੱਧ ਰਿਹਾ ਸਸ਼ੀਕਾਲ ਜੀ ਮੈਂ ਗਗਨ ਸ਼ੁਕਦਰ ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਸੋ ਇਸ ਵੇਲੇ ਮੇਰੇ ਨਾਲ ਪੰਜਾਬ ਬਜਾਰਤ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦ ਨੇ ਸਰਗਰਮ ਸਿਆਸਤ ਦੀ ਗੱਲ ਕਰਾਂਗੇ तमाम ਕਾਂਗਰਸ ਨਾਲ ਜੁੜੇ ਹੋਏ ਸਵਾਲਾਂ ਦੀ ਗੱਲ ਕਰਾਂਗੇ ਕਿਉਂਕਿ 2022 ਵੀ ਆ ਰਿਹਾ ਹੈ ਮੰਤਰੀ ਜੀ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਮਿਹਰਬਾਨੀ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਸ਼ ਪੋਸ਼ੀ ਹੁੰਦੀ ਔਰ ਤੁਰੰਤ ਬਾਅਦ ਐਕਸ਼ਨ ਚਾਹੁੰਦੇ ਨੇ ਤੇ ਤੁਹਾਡੇ ਹੀ ਹਲਕੇ ਚਾਹੁੰਦੇ ਨੇ ਇਤਿਹਾਸਿਕ ਹਲਕਾ ਸ਼੍ਰੀ ਚਮਕੌਰ ਸਾਹਿਬ ਹੈ ਔਰ ਸਵਾਗਤ ਵੀ ਹੁੰਦਾ ਹੈ ਪਰ ਚਮਕ ਬਹੁਤ ਵੱਡੇ ਪੱਧਰ ਤੇ ਵਿਰੋਧ ਦੇਖਣ ਨੂੰ ਮਿਲਦਾ ਹੈ ਇਹ ਕਿਉਂ ਤੇ ਕਿਵੇਂ ਜੀ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੇ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਉਸ ਤੋਂ ਬਾਅਦ ਉਹ ਛੋਟੇ ਸਹਿਬਜਾਦਿਆਂ ਦੀ ਜਿੱਥੇ ਅਰੈਸਟ ਹੋਈ ਸੀ ਮੁਰੰਡਾ ਦੇ ਵਿੱਚ ਉੱਥੇ ਨਸਤਮਤ ਹੋਏ ਉਸ ਤੋਂ ਬਾਅਦ ਚਮਕੌਰ ਸਾਹਿਬ ਦੇ ਵਿੱਚ ਉਹਨਾਂ ਨੇ ਆਪਣਾ ਅਕੀਦਾ ਪੇਸ਼ ਕੀਤਾ ਸਰਦਾਂ ਭੇਟ ਕੀਤੀ ਉੱਥੇ ਜਾ ਕੇ ਮੱਥਾ ਟੇਕਿਆ ਇਹ ਸਾਡੇ ਹਲਕਾ ਚਮਕੌਰ ਸਾਹਿਬ ਵਾਸਤੇ ਵੀ ਵੱਡੀ ਗੱਲ ਹੈ ਕਿ ਇੱਕ ਬੰਦਾ ਪ੍ਰਧਾਨ ਬਣ ਕੇ ਗੁਰੂ ਦਾ ਨਮਾਣਾ ਸਿੱਖ ਬਣ ਕੇ ਸਭ ਤੋਂ ਪਹਿਲਾਂ ਪ੍ਰਧਾਨਗੀ ਤੋਂ ਬਾਅਦ ਪਹਿਲੇ ਦਿਨ ਚਮਕੌਰ ਸਾਹਿਬ ਦੇ ਵਿੱਚ ਮੱਥਾ ਟੇਕਣ ਆਇਆ ਹੈ ਆਰ ਉਸ ਨੇ ਲੰਬਾ ਪੈ ਕੇ ਚਮਕੌਰ ਸਾਹਿਬ ਦੇ ਵਿੱਚ ਡੰਡੌਤ ਕੀਤੀ ਹੈ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਇਲਾਕੇ ਦੇ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਥਾਂ ਥਾਂ ਤੇ ਇਕੱਠੇ ਹੋਏ ਐ ਮਰੰਡੇ ਵੀ ਰਸਤੇ ਵਿੱਚ ਵੀ ਤੇ ਚਮਕੌਰ ਸਾਹਿਬ ਵੀ ਜਿਨ੍ਹਾਂ ਨੇ ਸਵਾਗਤ ਕੀਤਾ ਇਸ ਤੋਂ ਇਲਾਵਾ ਤੁਸੀਂ ਕਿਹਾ ਕਿ ਕੁਝ ਬੰਦਿਆਂ ਨੇ ਵਿਰੋਧ ਕੀਤਾ ਬਹੁਤ ਥੋੜੇ ਬੰਦੇ ਸੀ ਲੇਕਿਨ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਇਹ ਕਿਸਾਨ ਨਹੀਂ ਸੀ ਕਿਸਾਨਾਂ ਨੇ ਵਿਰੋਧ ਨਹੀਂ ਕੀਤਾ ਕਿਸਾਨਾਂ ਦੇ ਪੇਸ਼ ਵਿੱਚ ਕੁਝ ਬਹਿਰੂਪੀਏ ਬਣ ਕੇ ਬੰਦੇ ਉੱਥੇ ਐਂਟਰ ਹੋਏ ਐ ਜਾਂ ਖੜੇ ਹੋਏ ਐ ਝੰਡੇ ਲੈ ਕੇ ਜਿਹੜੇ ਕਿ ਵਿਰੋਧੀ ਪਾਰਟੀ ਦੇ ਬੰਦੇ ਐ ਜਿਨ੍ਹਾਂ ਨੂੰ ਇਸ ਕੰਮ ਸੌਂਪਿਆ ਗਿਆ ਹੈ ਕਿ ਸਿੱਧੂ ਦਾ ਵਿਰੋਧ ਕਰੋ ਜੀ ਸਿੱਧੂ ਦਾ ਵਿਰੋਧ ਕਿਉਂ ਕਰਨਾ ਹੈ ਮੈਂ ਪੁੱਛਣਾ ਚਾਹੁੰਦਾ ਕਿ ਸਿੱਧੂ ਨੇ ਲਾਂਗਾ ਖਲਵਾਇਆ ਜੀ ਪਾਕਿਸਤਾਨ ਦੇ ਵਿੱਚ ਗੁਰੂ ਘਰ ਦਾ ਲਾਂਗਾ ਖੁੱਲਿਆ ਉਹਦਾ ਮੇਨ ਜਿਹੜਾ ਸੂਤਰ ਹੈ ਉਹ ਨਵਜੋਤ ਸਿੰਘ ਸਿੱਧੂ ਬਣਿਆ ਜੀ ਤੇ ਸਾਡੇ ਸਿੱਖ ਕੌਮ ਦੀ ਹਮੇਸ਼ਾ ਅਰਦਾਸ ਰਹੀ ਹੈ ਕਿ ਜਿਹੜੇ ਤੀਰਥਾਂ ਤੋਂ ਸਾਨੂੰ ਵਿਛੋੜਿਆ ਗਿਆ ਉਹਦੇ ਖੁੱਲੇ ਦਰਸ਼ਨ ਦਿਦਾਰੇ ਹੋਣ ਜੀ ਤੇ ਉਸ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਸਿੱਧੂ ਉਹਦਾ ਜਰੀਆ ਬਣਿਆ ਲਾਂਗਾ ਖੋਲਣ ਦਾ ਸਿੱਖ ਕੌਮ ਦਾ ਤੇ ਇਹ ਤਾਂ ਇੱਕ ਖੁਸ਼ੀ ਦੀ ਗੱਲ ਹੈ ਜੀ ਇਸ ਤੋਂ ਇਲਾਵਾ ਅੱਜ ਤੱਕ ਕਦੇ ਸਿੱਧੂ ਨੇ ਕਿਸਾਨਾਂ ਦੇ ਖਿਲਾਫ ਗੱਲ ਨਹੀਂ ਕੀਤੀ ਕਿਸੇ ਹਾਂ ਨਵਜੋਤ ਸਿੰਘ ਸਿੱਧੂ ਗੱਲ ਕਰਦਾ ਕਿ ਜਿਹੜੇ ਨਸ਼ਾ ਵੇਚਣ ਵਾਲੇ ਵਪਾਰੀ ਹੈ ਜੀ ਉਹਨਾਂ ਨੂੰ ਫੜਿਆ ਜਾਵੇ ਜੀ ਨਵਜੋਤ ਸਿੰਘ ਸਿੱਧੂ ਗੱਲ ਕਰਦਾ ਹੈ ਕਿ ਜੀ ਬਰਗਾੜੀ ਕਾਂਡ ਦੇ ਜਿਹੜੇ ਜ਼ਿੰਮੇਵਾਰ ਹੈ ਉਹਨਾਂ ਨੂੰ ਫੜਿਆ ਜਾਵੇ ਐਸੀ ਗੱਲ ਕਰਦੇ ਆ ਕਿ ਬੇਆਦਬੀ ਬਰਗਾੜੀ ਨਸ਼ੇ Dalit ਮੁੱਦਿਆਂ ਨੂੰ ਅੱਗੇ ਲੈ ਕੇ ਆਓ ਉਹਨਾਂ ਦਾ ਹੱਲ ਕਰੋ ਪਰ ਮੰਤਰੀ ਸਾਹਿਬ ਹੱਲ ਇੱਕ ਮਿੰਟ ਪੂਰੀ ਗੱਲ ਕਰ ਲੈਣ ਦਿਓ ਜੀ ਤੇ ਫਿਰ ਅੱਜ ਉਹ ਲੋਕ ਜਿਹੜੇ ਇਹਦੇ ਵਿੱਚ ਇਨਵੋਲਡ ਹੈ ਇਹਨਾਂ ਗੱਲਾਂ ਦੇ ਵਿੱਚ ਉਹ ਲੋਕ ਵਿਰੋਧ ਕਰਾ ਰਹੇ ਹਨ ਉਹ ਮਾਫੀਆ ਰਾਜ ਵਾਲੇ ਲੋਕ ਜਿਨ੍ਹਾਂ ਨੂੰ ਦਿਖਣ ਲੱਗ ਗਿਆ ਕਿ ਨਵਜੋਤ ਸਿੰਘ ਸਿੱਧੂ ਅੱਗੇ ਨੂੰ ਆ ਰਿਹਾ ਸਰਕਾਰ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਦੀ ਉਹ ਉਹ ਅੱਜ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਨ ਵਾਸਤੇ ਖੜੇ ਹਨ ਤੁਸੀਂ ਅੱਜ ਜਿਨ੍ਹਾਂ ਦੀਆਂ ਫੋਟੋਆਂ ਐ ਦੇਖ ਲਓ ਜਿਹੜੇ ਉੱਤੇ ਖੜੇ ਸੀ ਮੈਂ ਉਹਦੇ ਦਿਖਾ ਦੇਣਾ ਇਹ ਬੰਦੇ ਰੇਤੇ ਵਾਲੇ ਐ ਇਹ ਬੰਦੇ ਮਾਫੀਆ ਵਾਲੇ ਐ ਪੰਜਾਬ ਦਾ ਕਿਸਾਨ ਪੰਜਾਬ ਦਾ ਦਲਿਤ ਪੰਜਾਬ ਦਾ ਹਰ ਵਰਗ ਅੱਜ ਨਵਜੋਤ ਸਿੰਘ ਦੇ ਪ੍ਰਧਾਨ ਮੰਡ ਤੇ ਖੁਸ਼ ਹੋਇਆ ਤੇ ਉਹਨਾਂ ਨੇ ਖੁਸ਼ੀ ਮਨਾਈ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਂ ਕਹਿੰਨਾ ਮੈਂ ਇੰਨਾ ਰੁਝਾਨ ਆਪਣੇ ਹਲਕੇ 'ਚ ਪਹਿਲਾਂ ਕਦੇ ਨਹੀਂ ਦੇਖਿਆ ਜਿੰਨਾ ਨਵਜੋਤ ਸਿੰਘ ਸਿੱਧੂ ਦੇ ਆਉਣ ਤੇ ਸਵਾਗਤ ਵਿੱਚ ਲੋਕ ਨਿਕਲ ਕੇ ਬਾਹਰ ਆਏ ਮੰਤਰੀ ਸਾਹਿਬ ਮਸਲੇ ਹਲਕੀ ਨਹੀਂ ਕਰਨੇ ਆ ਜੀ ਸਰਕਾਰ ਤੁਹਾਡੀ ਹੈ ਜੀ ਮਸਲੇ ਜਿਹੜੇ ਜਿੰਨੇ ਵੀ ਮਸਲੇ ਆ ਤਮਾਮ ਮਸਲੇ ਨੇ 18 ਮਸਲੇ ਹਾਈ ਕਮਾਂਡ ਨੇ ਕੀ ਹੈ ਸਿੱਧੂ ਸਾਹਿਬ ਉਹ ਓਪਨਲੀ ਖੁੱਲੇ ਮੰਚ ਤੋਂ ਬੋਲਦੇ ਨੇ ਕਿ ਇਹ ਸਾਨੂੰ ਹੱਲ ਕਰਨੇ ਪੈਣਗੇ ਦੇਖੋ ਕਾਂਗਰਸ ਪਾਰਟੀ ਦੀ ਸਰਕਾਰ ਨੇ ਬਹੁਤ ਕੰਮ ਕੀਤੇ ਜੀ ਜਿਹੜੇ ਕੰਮ ਰਹਿ ਗਏ ਹੈ ਜੀ ਉਹ 18 ਪੁਆਇੰਟਾਂ ਦੀ ਗੱਲ ਹੈ ਜੀ ਬਿਲਕੁਲ ਉਹ ਵੀ ਅਜੇ ਟਾਈਮ ਹੈ ਉਹ ਹੱਲ ਹੋਣਗੇ ਉਹਦੇ ਵਾਸਤੇ ਹਾਈ ਕਮਾਂਡ ਸਤਰਕ ਹੋ ਗਈ ਹੈ ਕਈ ਉਹਨਾਂ ਚੋਂ ਮਸਲੇ ਹੁਣ ਹੱਲ ਹੋ ਚੁੱਕੇ ਆ ਅਨਾਉਂਸ ਹੋ ਚੁੱਕੇ ਆ ਜਿਵੇਂ ਦਲਿਤ ਜਾਂ ਗਰੀਬ ਮਜ਼ਦੂਰ ਜਿਨ੍ਹਾਂ ਪਾਸ ਲੈਂਡਲੈਸ ਲੇਬਰਰ ਹੈ ਜਿਹੜਾ ਉਹਨਾਂ ਦੇ ਮਜ਼ਦੂਰਾਂ ਦੇ ਜਿਹੜੇ ਕਰਜ਼ੇ ਐ 570 ਕਰੋੜ ਰੁਪਏ ਮਾਫ ਕਰਨ ਦਾ ਐਲਾਨ ਹੋ ਗਿਆ ਉਹਦੇ ਵਿੱਚ ਸੀ ਇਹ ਮੇਰਾ ਪਹਿਲਾ ਮੁੱਦਾ ਸੀ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਆਉਣ ਲੱਗੇ ਇੱਕ ਇੱਕ ਕਰਕੇ ਤੇ ਸਾਰੇ ਮੁੱਦੇ ਜਿਹੜੇ ਇਹ ਇੱਕ ਇੱਕ ਕਰਕੇ ਹੱਲ ਹੋਣਗੇ ਔਰ ਐਸੀ ਇਹਦੇ ਤੇ ਪਹਿਰਾ ਦੇ ਰਹੇ ਸਮਾ ਕਟ ਮਸਲੇ ਹੱਲ ਕਰਨੇ ਆ ਮਸਲਿਆਂ ਤੇ ਪਹਿਰਾ ਦੇ ਰਹੇ ਜੇ ਅੱਜ ਸਫਾਈ ਕਰਮਚਾਰੀ ਪੱਕੇ ਹੋਏ ਐ ਤਾਂ ਉਹਦੇ ਵਿੱਚ ਸਾਡਾ ਵਿਸ਼ੇਸ਼ ਰੋਲ ਐ ਐਸੀ ਲੜਾਈ ਲੜੀਏ ਉਹਨਾਂ ਦੀ ਜੀ ਇਸੇ ਤਰ੍ਹਾਂ ਬਾਕੀ ਮੁੱਦਿਆਂ ਦੀ ਵੀ ਲੜਾਂਗੇ ਸਮਾਂ ਤਾਂ ਨਹੀਂ ਘਟ ਹੈ ਜੀ ਸਮਾਂ ਕੋਈ ਘਟ ਨਹੀਂ ਹੁੰਦਾ ਵਿਲ ਪਾਵਰ ਚਾਹੀਦੀ ਹੈ ਸਾਡੇ ਵਿੱਚ ਜਜਵਾ ਚਾਹੀਦਾ ਕਿ ਅਸੀਂ ਇਹ ਮਸਲੇ ਹੱਲ ਕਰਨੇ ਫਿਰ ਇੱਕ ਰਾਤ ਵਿੱਚ ਵੀ ਹੋ ਜਾਂਦੇ ਸਿੱਧੂ ਸਾਹਿਬ ਸ਼੍ਰੀ ਚਮਕੌਰ ਸਾਹਿਬ ਪਹੁੰਚੇ ਉਹਨਾਂ ਦੇ ਕਾਫਲੇ ਤੱਕ ਉਹਨਾਂ ਦੀ ਗੱਡੀ ਤੱਕ ਪ੍ਰਦਰਸ਼ਨਕਾਰੀ ਪਹੁੰਚ ਗਏ ਕਿਸਾਨ ਪਹੁੰਚ ਗਏ ਕਿਵੇਂ ਤੁਹਾਡੀ ਪੁਲਿਸ ਹੈ ਤੁਹਾਡੀ ਸਰਕਾਰ ਹੈ ਫਿਰ ਵੀ ਉੱਥੇ ਤੱਕ ਕਿਵੇਂ ਪਹੁੰਚ ਗਏ ਜੀ ਜਦੋਂ ਹਰਮੰਦਰ ਸਾਹਿਬ ਦੀ ਨੀਂ ਰੱਖੀ ਗਈ ਤਾਂ ਉਸ ਦੇ ਚਾਰ ਦਰਵਾਜ਼ੇ ਰੱਖੇ ਗਏ ਗੁਰੂਆਂ ਨੇ ਕਿਹਾ ਇਹ ਚਾਰੇ ਵਰਨਨ ਨੂੰ ਸਾਂਝਾ ਹੈ ਗੁਰੂ ਸਥਾਨ ਇਹ ਗੁਰੂ ਦਾ ਘਰ ਹੈ ਇੱਥੇ ਕੋਈ ਵੀ ਆ ਸਕਦਾ ਹੈ ਜਿਹੜਾ ਗੁਰੂ ਦੀ ਸ਼ਰਨ ਚ ਆਏਗਾ ਗੁਰੂ ਨੂੰ ਗੱਲ ਨੂੰ ਲਗਾਏਗਾ ਤੇ ਇਹ ਸਿੱਖ ਕੌਮ ਚ ਤਾਂ ਕਦੇ ਨਹੀਂ ਲਿਖਿਆ ਤੇ ਗੁਰਦੁਆਰੇ ਦੇ ਅੰਦਰ ਜਾ ਕੇ ਅਟੈਕ ਕਰ ਦੋ ਲੇਕਿਨ ਫੇਰ ਵੀ ਐਸੀ ਕੋਈ ਦਖਾਸਤ ਨਹੀਂ ਦਿੱਤੀ ਕੋਈ ਕਿਸੇ ਦੇ ਕਾਰਵਾਈ ਕਰਨ ਨੂੰ ਨਹੀਂ ਕਿਹਾ ਕੋਈ ਬਿਆਨ ਨਹੀਂ ਦਿੱਤਾ ਨਾ ਮੈਂ ਨਾ ਨਵਜੋਤ ਸਿੱਧੂ ਨੇ ਨਾ ਨਾਗਰਾ ਨੇ ਨਾ ਕਿਸੇ ਕਾਂਗਰਸ ਵਰਕਰ ਨੇ ਪਰ ਪਰਚੇ ਦਰਜ ਹੋਏ ਪੁਲਿਸ ਨੇ ਆਪਣੇ ਪੱਧਰ ਤੇ ਪਰਚਾ ਦਰਜ ਕੀਤਾ ਮੈਂ ਉਹਦਾ ਲਿਖ ਕੇ ਦੇ ਦਿੱਤਾ ਹੈ ਕਿ ਐਸੀ ਕੋਈ ਕਾਰਵਾਈ ਨਿ ਕਰਾਣਾ ਚਾਹੁੰਦੇ ਗੁਰੂ ਘਰ ਦੇ ਵਿੱਚ ਅਟੈਕ ਹੋਇਆ ਸੰਗਤਾਂ ਨੂੰ ਪਤਾ ਇਸ ਚੀਜ਼ ਦਾ ਇਸ ਕਰਕੇ ਐਸੀ ਇਸ ਚੀਜ਼ ਦੀ ਕੋਈ ਕਾਰਵਾਈ ਨਿ ਕਰਾਣਾ ਚਾਹੁੰਦੇ ਮੈਂ ਹੱਥ ਜੋੜ ਕੇ ਕਹਿ ਰਿਹਾ ਸਭ ਨੂੰ ਕਿ ਸਾਡੇ ਵੱਲੋਂ ਕੋਈ ਕਿਸੇ ਕਿਸੇ ਨੇ ਵਿਰੋਧ ਕੀਤਾ ਐਸੀ ਉਹਨੂੰ ਵਿਰੋਧ ਨੂੰ ਮੰਨਦੇ ਨਹੀਂ ਐਸੀ ਉਹਨਾਂ ਨਾਲ ਲੜਨਾ ਨਹੀਂ ਇਸ ਕਰਕੇ ਐਸੀ ਲਿਖ ਕੇ ਦੇ ਦਿੱਤਾ ਕਿ ਇਹ ਪਰਚਾ ਕੈਨਸਲ ਕੀਤਾ ਜਾਵੇ ਤੇ ਐਸੀ ਦੇਤੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਤੇ ਨਾ ਹੀ ਕੋਈ ਕਾਰਵਾਈ ਹੋਏਗੀ ਨਾਮੀ ਅਖਬਾਰਾਂ ਚ ਹੈਡਲਾਈਨਸ ਹੈ ਵੀ ਪੁਲਿਸ ਦੀ ਮਿਲੀ ਮਿਲੀ ਭੁਗਤਣ ਵਾਲੇ ਹਮਲਾ ਹੋਇਆ ਜੀ ਇਹ ਕਿੰਨਾ ਸੱਚਾਈ ਹੈ ਜੀ ਦੇਖੋ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਕਿਸਾਨ ਕਹਿਣ ਕਿ ਆਪਣਾ ਗਲ ਵੱਢ ਕੇ ਦੇ ਦਿਓ ਮੈਂ ਦੇਣ ਨੂੰ ਤਿਆਰ ਹਾਂ ਕਿਸਾਨ ਕਹਿਣ ਕੇ ਨਵਜੋਤ ਸਿੰਘ ਸਿੱਧੂ ਆਪਣੀ ਨਸ ਵੱਢ ਕੇ ਉੱਥੇ ਪੈ ਜਾਂਦਾ ਪੈ ਜਾਏਗਾ ਜੀ ਐਸੀ ਕਿਸਾਨਾਂ ਦੇ ਹਰ ਮੁੱਦੇ ਦੇ ਵਿੱਚ ਖੜੇ ਆ ਇਹ ਕਿਸਾਨਾਂ ਦਾ ਇਕੱਲਾ ਮੁੱਦਾ ਨਹੀਂ ਹੈ ਪੰਜਾਬ ਦਾ ਮੁੱਦਾ ਹੈ ਬਿਲਕੁਲ ਗਰੀਬ ਦਾ ਮੁੱਦਾ ਹੈ ਇਹਦੇ ਨਾਲ ਮਜ਼ਦੂਰ ਵੀ ਜੁੜਿਆ ਹੋਇਆ ਹੈ ਇਹਦੇ ਨਾਲ ਦੁਕਾਨਦਾਰ ਵੀ ਜੁੜਿਆ ਹੋਇਆ ਹੈ ਜੀ ਇਹਦੇ ਨਾਲ ਸਰਕਾਰ ਵੀ ਜੁੜੀ ਵੀ 4000 ਕਰੋੜ ਰੁਪਏ ਦਾ ਸਰਕਾਰ ਨੂੰ ਕਟਾ ਪੈਣਾ ਹੈ ਐਸੀ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਹੈ ਔਰ ਉਹਨਾਂ ਦੇ ਜਿਹੜੇ ਬਿੱਲ ਹੈ ਕਾਲੇ ਕਾਨੂੰਨੋਂ ਰੱਦ ਕੀਤੇ ਆ ਉਹ ਕਾਂਗਰਸ ਨੇ ਸਰਕਾਰ ਨੇ ਕੀਤੇ ਆ ਨਵਜੋਤ ਸਿੰਘ ਸਿੱਧੂ ਉੱਤੇ ਗੜ ਕੇ ਬੋਲਿਆ ਕਿ ਅਸੀਂ ਪੰਜਾਬ ਦੇ ਕਿਸਾਨੀ ਦੇ ਨਾਲ ਖੜੇ ਆ ਮਜ਼ਦੂਰ ਦੇ ਨਾਲ ਖੜੇ ਆ ਫਿਰ ਵਿਰੋਧ ਕਿਹੜੀ ਚੀਜ਼ ਦਾ ਹੈ ਜਿਹੜੇ ਬੰਦੇ ਕਾਲੇ ਝੰਡੇ ਲੱਕ ਜਾਂਦੇ ਕੋਈ ਕਿਸਾਨ ਥੋੜੋ ਹੈ ਇਹ ਤਾਂ ਨਵਜੋਤ ਸਿੰਘ ਨੂੰ ਦਬਾਉਣ ਦੀ ਕੋਸ਼ਿਸ਼ ਵਾਲੇ ਵਿਰੋਧੀ ਹੈ ਇੱਕ ਮਾਫੀਆ ਦੇ ਮੈਂਬਰ ਹੈ ਇਸ ਕਰਕੇ ਇਹ ਲੋਕ ਸਮਝ ਲੈਣ ਕਿ ਇੱਕ ਸੂਰਜ ਉੱਗ ਰਿਹਾ ਹੈ ਉਹਨੇ ਉਗਣਾ ਸਰ ਚਮਕੌਰ ਸਾਹ ਵਾਲੀ ਘਟਨਾ ਮੈਂ ਇੱਕ ਸਵਾਲ ਫੇਰ ਰਿਪੀਟ ਕਰ ਲੈਣਾ ਹੈ ਪੁਲਿਸ ਦੀ ਕਿੰਨੀ ਇਨਵੋਲਵਮੈਂਟ ਸੀਗੀ ਦੇਖੋ ਪੁਲਿਸ ਨੇ ਉੱਥੇ ਪੂਰੀ ਆਪਣੀ ਅਲਗਰਜੀ ਦਿਖਾਈ ਹੈ ਪੁਲਿਸ ਨੇ ਉਹਨਾਂ ਨੂੰ ਸਪੇਸ ਦਿੱਤਾ ਹੈ ਤਾਂ ਕਿ ਉਹ ਬੰਦੇ ਅੱਗੇ ਤੱਕ ਆ ਜਾਣ ਜੀ ਤੇ ਉਹ ਬੰਦਿਆਂ ਨੇ ਉੱਥੇ ਅਟੈਕ ਕੀਤਾ ਸਰ ਵੱਡੀ ਸਾਜ਼ਿਸ਼ ਨਹੀਂ ਲੱਗਦੀ ਇਹ ਇਹ ਵੱਡੀ ਹੈ ਛੋਟੀ ਹੈ ਲੇਕਿਨ ਇਹਨਾਂ ਸਾਜ਼ਿਸ਼ਾਂ ਦੇ ਨਾਲ ਨਾ ਨਵਜੋਤ ਸਿੰਘ ਸਿੱਧੂ ਨੇ ਦਬਣਾ ਨਹੀਂ ਇਹ ਜਿਹੜੇ ਮੁੱਦੇ ਐ ਉਹਨਾਂ ਦੇ ਹੱਲ ਵਿੱਚ ਕੋਈ ਅੜਚਣ ਆਏਗੀ ਸਰ ਜਦੋਂ 2017 ਦੀ ਇਲੈਕਸ਼ਨ ਦੀ ਸ਼ੁਰੂਆਤ ਹੋਈ ਸੀ ਤੁਹਾਡਾ ਸਲੋਗਨ ਸੀਗਾ ਕਿ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰੂਗਾ ਮਸਲੇ ਹੱਲ ਹੁਣ 2022 ਆਉਂਦਾ ਜਾ ਰਿਹਾ ਨਜ਼ਦੀਕ ਆ ਗਿਆ ਇੱਕ ਵਾਰ ਫਿਰ ਤੁਸੀਂ ਲੋਕਤੰਤਰ ਦੇ ਵਿੱਚ ਵੋਟਾਂ ਮੰਗਣ ਜਾਣਾ ਕਿਹੜੇ ਕਿਹੜੇ ਜਿਹੜੇ ਵਾਅਦੇ ਆ ਕਿਹੜੇ ਕਿਹੜੇ ਜਿਹੜੇ ਮਸਲੇ ਆ ਜਿਹੜੇ ਉਹ ਤੁਸੀਂ ਹੱਲ ਕੀਤੇ ਨੇ ਤੁਸੀਂ ਪੰਜਾਬ ਦੇ ਕਿਸੇ ਹਲਕੇ ਦੇ ਨਾਲ ਮੇਰੇ ਹਲਕੇ ਨੂੰ ਮਲਾ ਲਓ ਪਹਿਲੇ ਨੰਬਰ ਤੇ ਆਏਗਾ ਇਹਨਾਂ 4 ਸਾਲਾਂ ਦੇ ਵਿੱਚ ਕੀ ਕੀ ਕੰਮ ਕੀ 25 ਸਾਲਾਂ ਦੇ ਵਿੱਚ ਮੇਰੇ ਇਲਾਕੇ 'ਚ ਕੋਈ ਡਿਵੈਲਪਮੈਂਟ ਨਹੀਂ ਹੋਈ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਅਸੀਂ ਦੁਬਾਰੇ ਤੋਂ ਬਣਵਾਈਆਂ 25 ਸਾਲ ਤੋਂ ਮੇਰੇ ਹਲਕੇ ਦੇ ਹਰ ਕੰਮ ਨੂੰ ਰੋਕਿਆ ਹੋਇਆ ਸੀ ਕਿਉਂਕਿ ਆਪੋਜੀਸ਼ਨ 'ਚ ਰਿਹਾ ਹਲਕਾ ਜੀ ਅੱਜ ਆਮ ਤੌਰ ਤੇ ਨਵਾਂ ਸਕੂਲ ਨਹੀਂ ਬਣਦਾ ਸਾਡੇ ਹਲਕੇ ਦੇ ਵਿੱਚ ਬਹੁਤ ਵੱਡੀ ਯੂਨੀਵਰਸਿਟੀ ਬਣ ਰਹੀ ਹੈ ਜੀ 42 ਏਕੜ ਜ਼ਮੀਨ ਖਰੀਦੀ ਹੈ ਪਹਿਲਾ ਲੈਂਟਰ ਤੇ ਬਿਲਡਿੰਗ ਆ ਚੁੱਕੀ ਹੈ ਤੇ 500 ਕਰੋੜ ਰੁਪਇਆ ਲੱਗਣਾ ਜਿਹਦੇ ਜੋ 97 ਕਰੋੜ ਦਾ ਟੈਂਡਰ ਲਾ ਕੇ ਕੰਮ ਚੱਲ ਰਿਹਾ ਹੈ 15 ਕਰੋੜ ਪਹਿਲਾਂ ਚਾਰ ਦਿਵਾਰੀ ਤੇ ਭਾਰਤਪੁਰ ਤੇ ਸਾਰੇ ਤੇ ਲੱਗਿਆ ਸੈਂਕੜੇ ਕਰੋੜ ਰੁਪਏ ਦੀਆਂ ਚਮਕੌਰ ਸਾਹਿਬ ਹਲਕੇ 'ਚ ਗੱਲਾਂ ਕਦ ਹੋਈਆਂ ਸਾਡੇ ਮਰਿੰਡੇ ਦੇ ਵਿੱਚ ਅੰਡਰ ਬ੍ਰਿਜ ਸੀਗਾ ਜੀ ਮੈਂ ਕਿਹਾ ਸੀ ਅਸੀਂ ਇਹਨੂੰ ਬਣਾਵਾਂਗੇ ਜੀ ਅੱਜ ਤਿਆਰੀ ਤੇ ਆ ਗਿਆ ਦਿਵਾਲੀ ਨੂੰ ਉਹਦੇ ਤੇ ਦੀਵਾ ਜਗਾ ਦੇਣਾ ਹੈ ਅੰਡਰ ਬ੍ਰਿਜ ਬਣ ਗਿਆ ਬਣ ਰਿਹਾ ਹੈ ਜੀ ਕਦੇ ਸਾਡੇ ਕਾਲਜ ਦੇ ਵਿੱਚ ਕੋਈ ਕਾਲਜੇ ਨਹੀਂ ਸੀ ਸਾਡੇ ਹਲਕੇ ਦੇ ਵਿੱਚ ਦੋ ਨਵੇਂ ਕਾਲਜ ਬਣ ਰਹੇ ਕੋਈ ਹਲਕਾ ਐਸਾ ਨਹੀਂ ਜਿੱਦੇ ਵਿੱਚ ਦੋ ਨਵੇਂ ਕਾਲਜ ਬਣ ਰਹੇ ਹੋਵੇਂ ਆਈਟੀਆਈ ਦੇ ਇੱਕ ਰਸੂਲਪੁਰ ਦੇ ਵਿੱਚ ਬਣ ਰਿਹਾ ਹੈ ਦੂਸਰਾ ਬਣ ਰਿਹਾ ਹੈ ਤਿਰਪੜੀ ਦੇ ਵਿੱਚ ਤਿਰਪੜੀ ਦੇ ਕਾਲਜ ਦੇ ਵਿੱਚ ਨਾਲ ਇੱਕ ਮਲਟੀ ਪਰਪਸ ਹਾਲ ਬਣ ਰਿਹਾ ਜਿੱਦੇ ਵਿੱਚ ਅੰਦਰ ਇਨਡੋਰ ਖੇਡਾਂ ਹੋਣਗੀਆਂ 12 ਕਰੋੜ ਰੁਪਇਆ ਲਗਾ ਕੇ ਇਸ ਦੇ ਨਾਲ ਹੀ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਗਲਿਆਰਾ ਬਣਿਆ ਐਸੀ ਚਮਕੌਰ ਸਾਹਿਬ ਦੇ ਵਿੱਚ ਗਲਿਆਰਾ ਉਸੇ ਤਰ੍ਹਾਂ ਦਾ ਬਣਾ ਰਹੇ ਤੁਸੀਂ ਜਾ ਕੇ ਦੇਖੋ ਚਮਕੌਰ ਸਾਹਿਬ ਦੇ ਵਿੱਚ ਉੱਥੇ ਦੁਕਾਨਾਂ ਤੇ ਵੀ ਮਾਰਬਲ ਲੱਗ ਰਿਹਾ ਥੱਲੇ ਮਾਰਬਲ ਲੱਗ ਰਿਹਾ ਇੱਕ ਸਿਟੀ ਸੈਂਟਰ ਬਣ ਰਿਹਾ ਤੇ ਮੈਂ ਸਭ ਤੋਂ ਵੱਡੀ ਗੱਲ ਤੁਹਾਨੂੰ ਕਹਾਂ ਕਿ ਜਿਸ ਤਰ੍ਹਾਂ ਪੰਜ ਉਜੂਬੇ ਐ ਦੁਨੀਆ ਦੇ ਵਿੱਚ ਉਸੇ ਤਰ੍ਹਾਂ ਦਾ ਐਸੀ ਉਜੂਬਾ ਚਮਕੌਰ ਸਾਹਿਬ ਦੇ ਵਿੱਚ ਥੀਮ ਪਾਰਕ ਹੈ ਜਿਹੜਾ ਉੱਥੇ ਬਣਾ ਰਹੇ ਜਿੱਥੇ ਪੂਰੀ ਸਿੱਖ ਹਿਸਟਰੀ ਫਿਲਮਾਈ ਜਾਣੀ ਹੈ ਏਸੀ ਸਤੰਬਰ ਚਾਲੂ ਕਰ ਦੇਣਾ ਸਾਡੀ ਪੂਰੀ ਤਿਆਰੀ ਹੋ ਗਈ ਹੈ 50 ਕਰੋੜ ਰੁਪਏ ਉਹਦੇ ਤੇ ਲੱਗਿਆ ਹੈ ਤੇ ਇੱਕ ਸ਼ਾਨਦਾਰ ਚੀਜ਼ ਸਿੱਖ ਕੌਮ ਨੂੰ ਐਸੀ ਭੇਟ ਕਰਨੀ ਹੈ ਬਣਾ ਕੇ ਪੂਰੇ ਸਿੱਖ ਇਤਿਹਾਸ ਨੂੰ ਉਹ ਜੇ ਦਰਸਾਇਆ ਜਾਣਾ ਹੈ ਵੱਡੀਆਂ ਵੱਡੀਆਂ ਸੜਕਾਂ ਬਣਾਈਆਂ ਜੀ ਚਮਕੌਰ ਸਾਹਿਬ ਤੋਂ ਲੈ ਕੇ ਬੇਲੇ ਤੱਕ ਰੋਡ ਨੂੰ ਡਬਲ ਕਰ ਰਹੇ ਹਾਂ ਮੌਕੇ ਤੇ ਕੰਮ ਚੱਲ ਰਿਹਾ ਹੈ ਉਸਕਾ ਐਡ ਇੱਕ ਮਿੰਟ ਮੈਨੂੰ ਗਿਣਾ ਲੈਣ ਦਿਓ ਮੈਂ ਜੇ ਆਪਣੇ ਹਲਕੇ ਦੇ ਕੰਮ ਠਾਈ ਜਾਵਾਂਗਾ ਤੇ ਸ਼ਾਮ ਪੈ ਜਾਏਗੀ ਜੀ ਸਭ ਤੋਂ ਵੱਡੀ ਡਿਮਾਂਡ ਸਾਡੀ ਬੇਲਾਪੁਰ ਉਹ ਲੱਗਣਾ ਸਰ ਕਿਉਂਕਿ ਲੋਕ ਕਿਸ਼ਤੀ 'ਚ ਹਜੇ ਵੀ ਸਫਰ ਕਰਦੇ ਆ ਮੈਂ ਕਿਹਾ ਜੀ ਕਿਸ਼ਤੀਆਂ ਐਸੀ ਕਿਸ਼ਤੀਆਂ ਥੱਲੇ ਚੱਲਣਗੀਆਂ ਪੁਲ ਦੇ ਉੱਪਰ ਬੰਦੇ ਚੱਲਣਗੇ ਇਹ ਐਸੀ ਇਨਸ਼ੋਰ ਕਰ ਰਹੇ ਆ 114 ਕਰੋੜ ਰੁਪਇਆ ਪਾਸ ਹੋਇਆ ਬੇਲੇ ਪੁਲ ਦਾ ਜਿਹੜਾ ਕਿ ਬਣਨਾ ਇਸੇ ਤਰ੍ਹਾਂ ਅਧਰੇੜੇ ਚ ਪੁਲ ਡੋਆਇਆ ਵੇਲੇ ਚ ਇੱਕ ਹੋਰ ਛੋਟਾ ਪੁਲ ਡੋਆਇਆ ਸਾਰੇ ਸਕੂਲਾਂ ਨੂੰ ਗ੍ਰਾਂਟ ਦਿੱਤੀ ਮੇਰੇ ਹਲਕੇ ਦਾ ਕੋਈ ਸਕੂਲ ਐਸਾ ਨਹੀਂ ਜਿਹਨੂੰ ਗ੍ਰਾਂਟ ਨਹੀਂ ਦਿੱਤੀ ਮੇਰੇ ਹਲਕੇ ਦਾ ਕੋਈ ਪਿੰਡ ਐਸਾ ਨਹੀਂ ਜਿਹਦੇ ਚ 80% ਗਲੀਆਂ ਮੈਂ دیوار ਤੋਂ ਨਹੀਂ ਬਣਾਤੀਆਂ 100% ਵੀ ਬਣੀਆਂ ਬਹੁਤ ਪਿੰਡਾਂ ਦੇ ਵਿੱਚ ਸਾਰੀਆਂ ਸੜਕਾਂ ਦੀਵਾਰ ਤੋਂ ਬਣਾਈਆਂ 20% ਸੜਕਾਂ ਰਹਿਦੀਆਂ ਜਿਨ੍ਹਾਂ ਚ ਹੁਣ ਆਉਣ ਵਾਲੇ ਦਿਨਾਂ ਚ ਉੱਪਰ ਲੁੱਕ ਪੈ ਜਾਣੀਆਂ ਸੋ ਇਹ ਵਿਕਾਸ ਦੇ ਕੰਮ ਹੈ ਪੰਜ ਕੋਈ ਸੇ ਹਲਕੇ ਚ ਨਹੀਂ ਬਣੇ ਪੰਜ ਮੈਂ ਆਪਣੇ ਹਲਕੇ ਵਿੱਚ ਮੈਰਿਜ ਪਹਿਲੇ ਸੇ ਮੰਗੂ ਕਮਿਊਨਿਟੀ ਸੈਂਟਰ ਬਣਾਏ ਜੀ ਤੁਸੀਂ ਜਾ ਕੇ ਦੇਖੋ ਸ਼ਾਨਦਾਰ ਕਮਿਊਨਿਟੀ ਸੈਂਟਰ ਆਮ ਆਦਮੀ ਆਪਣੀ ਕੁੜੀ ਮੁੰਡੇ ਦਾ ਬਹੁਤ ਸ਼ਾਨਦਾਰ ਵਿਆਹ ਉਹਨਾਂ ਚ ਕਰ ਸਕਦਾ ਪੰਜ ਬਣੇ ਇੱਕ ਬਣਿਆ ਗੱਗੋ ਚ ਇੱਕ ਬਣਿਆ ਬੜਵਾਲੀ ਚ ਇੱਕ ਦੇਕਲਾ ਚ ਇੱਕ ਸਿੰਘ ਚ ਇੱਕ ਖਾਬੜਿਆਂ ਦੇ ਵਿੱਚ ਗਰਾਊਂਡਾਂ ਦੀ ਗੱਲ ਕਰੋ ਨੌਜਵਾਨਾਂ ਦੀ ਮਦਵਾੜੇ ਦੇ ਵਿੱਚ ਸ਼ਾਨਦਾਰ ਬਾਲੀਬਾਲ ਗਰਾਊਂਡ ਬਣਿਆ ਤੇ ਵੱਡਾ ਗਰਾਊਂਡ ਬਣ ਰਿਹਾ। ਇੱਧਰ ਗੱਗੋ ਚ ਬਣ ਰਿਹਾ ਕਿੰਨੇ ਹੀ ਮੈਂ ਨਵੇਂ ਗਰਾਊਂਡ ਬਣਾ ਰਿਆ। ਹਰ ਫੀਲਡ ਹਰ ਵਰਗ ਨੂੰ ਨੌਜਵਾਨੀ ਨੂੰ ਬੁਢਾਪੇ ਨੂੰ ਇੰਪਲਾਈਜ਼ ਨੂੰ ਪਿੰਡਾਂ ਨੂੰ ਹਰ ਵਰਗ ਦੇ ਵਿੱਚ ਕੰਮ ਕੀਤਾ ਹੈ। ਮੇਰੇ ਇਲਾਕੇ ਦੇ ਦਲਿਤ ਏਰੀਏ ਜਿੰਨੇ ਆ ਸਾਰੇ ਅਸੀਂ ਪੱਕੇ ਕਰਤੇ ਆ। ਪਿੰਡਾਂ ਦੀ ਹਰ ਗਲੀ ਦੁਆਰੇ ਤੋਂ ਪੱਕੀ ਕੀਤੀ ਹੈ। ਉਦੇ ਵਿੱਚ ਜੇ ਇੱਟਾਂ ਲੱਗੀਆਂ ਵੇ ਇੱਟਾਂ ਪੱੜ ਕੇ ਪੇਵਰ ਲਗਾਤੇ ਆ ਚਮਕੌਰ ਸਾਹਿਬ ਦੇ ਵਿੱਚ ਸਿਟੀ ਸੈਂਟਰ ਬਣ ਰਿਹਾ ਇੱਕ ਜਿੱਥੇ ਇੱਕ ਵੱਡਾ ਜਿੰਮ ਬਣਨਾ ਹੈ ਇੱਕ ਕੁੜੀਆਂ ਦੇ ਖੇਡਣ ਲਈ ਗਰਾਊਂਡ ਬਣਨਾ ਹੈ ਬਣ ਗਿਆ ਤੇ ਸਿਟੀ ਸੈਂਟਰ ਬਣ ਗਿਆ ਉਹਦੀ ਲਪਾਈ ਲਪੁਈ ਚੱਲ ਰਹੀ ਹੈ ਉਦੇ ਜੀ ਇੱਕ ਵੱਡਾ ਜਿੰਮ ਬਣਨਾ ਹੈ ਇੱਕ ਰੈਸਟੋਰੈਂਟ ਬਣਨਾ ਹੈ ਇੱਕ ਲਾਇਬ੍ਰੇਰੀ ਬਣਨੀ ਹੈ ਇਹ ਗੱਲਾਂ ਕਿੱਥੇ ਹੋਈਆਂ ਕਦੇ ਹਲਾਕੇ ਦੇ ਵਿੱਚ ਬਿਲਕੁਲ ਕੰਮ ਬਹੁਤ ਹੋ ਗਏ ਪਰ ਲੋਕ ਕਹਿੰਦੇ ਆ ਕਿ ਕੈਪਟਨ ਸਾਹਿਬ ਨੇ ਜਦ ਕਾਫੀ ਵਿਦ ਕੈਪਟਨ ਕਰਦੇ ਸੀਗੇ ਤਾਂ ਕਿ ਘਰ ਘਰ ਨੌਕਰੀ ਦੀ ਗੱਲ ਕਰਦੇ ਸੀ ਕਰਜ਼ਾ ਮਾਫੀ ਹਾਲਾ ਕਿ ਹੋਈ ਆ ਪਰ ਪੂਰਨ ਤੌਰ ਤੇ ਨਹੀਂ ਹੋਈ ਇਹ 43 ਦੀ ਸਾਲ ਦੀ ਕਾਰਗੁਜ਼ਾਰੀ ਚ ਸੀਐਮ ਸਾਹਿਬ ਨੂੰ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਉਹ ਕਹਿੰਦੇ ਆ ਕਿ ਅੰਦਰੋਂ ਬਾਹਰ ਨਹੀਂ ਆਏ ਅੰਦਰ ਬੈਠੇ ਨੇ ਔਰ ਕਾਂਗਰਸ ਦੀ ਗੱਲ ਕਰੀ ਜਾਵੇ ਤਾਂ ਇੰਟਰਨਲ ਵਿਰੋਧ ਵੀ ਦੇਖਿਆ ਹੈ ਕਿਉਂਕਿ ਬਹੁਤ ਚੀਜ਼ਾਂ ਮਿਸ ਹੈ ਇਹ ਹਰ ਸਰਕਾਰ ਦੇ ਵਿੱਚ ਅਲੀਗੇਸ਼ਨ ਨਾਲ ਨਾਲ ਚੱਲਦੇ ਆ ਜੀ ਲੋਕ ਆਪਣੇ ਤਰੀਕੇ ਦੇ ਨਾਲ ਹਰ ਕੋਈ ਆਪਣੀ ਭਾਵਨਾ ਜ਼ਾਹਰ ਕਰਦਾ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ ਹਰ ਸਰਕਾਰ ਚ ਹੁੰਦਾ ਹੈ ਲੇਕਿਨ ਤੁਸੀਂ ਮੇਰੇ ਇਲਾਕੇ ਦੇ ਵਿਕਾਸ ਦੀ ਗੱਲ ਕੀਤੀ ਹੈ ਮੇਰੇ ਇਲਾਕੇ ਦਾ ਵਿਕਾਸ ਤੁਸੀਂ ਪੰਜਾਬ ਦੇ ਕਿਸੇ ਇਲਾਕੇ ਦੇ ਨਾਲ ਮਿਲਾ ਲਓ ਇੱਕ ਨੰਬਰ ਤੇ ਮંત્રી ਸਾਹਿਬ ਤੁਸੀਂ ਕਿਹਾ ਮੈਂ ਕਿਸਾਨਾਂ ਦੇ ਲਈ ਗੱਲ ਵੱਢ ਕੇ ਦੇਣ ਲਈ ਤਿਆਰ ਹਾਂ ਨਵਜੋਤ ਸਿੰਘ ਸਿੱਧੂ ਆਪਣੀ ਨਸ ਵੜ ਦੇਣਗੇ ਪਰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਕੱਲ ਸਿੱਧੂ ਸਾਹਿਬ ਦਾ ਵਿਰੋਧ ਕੀਤਾ ਗਿਆ ਹਾਲਾਂਕਿ ਜੋ ਚਮਕੌਰ ਸਾਹਿਬ ਚ ਹੋਇਆ ਸੰਯੁਕਤ ਕਿਸਾਨ ਮੋਰਚੇ ਨੇ ਐਸੀ ਕੋਈ ਐਲਾਨ ਨਹੀਂ ਕਰਿਆ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਕਿ ਸਿਰਫ ਬੀਜੇਪੀ ਦਾ ਵਿਰੋਧ ਕੀਤਾ ਜਾਵੇ ਹੋਰ ਕਿਸੇ ਲੀਡਰ ਦਾ ਨਹੀਂ ਤੁਸੀਂ ਆਪ ਹੀ ਦੱਸ ਰਹੇ ਹੋ ਸੰਯੁਕਤ ਮੋਰਚੇ ਦੀ ਕਾਹਲ ਹੈ ਕਿ ਜੀ ਸਿਰਫ ਤੇ ਸਿਰਫ ਬੀਜੇਪੀ ਤੇ ਉਹਦੇ ਐਲਾਈਟ ਦਾ ਵਿਰੋਧ ਕਰਨਾ ਹੈ ਬਿਲਕੁਲ ਫਿਰ ਇਹ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਵਿਰੋਧ ਕਰਨ ਆਏ ਸੀ ਉਹ ਕਿਸਾਨ ਤਾਂ ਨਹੀਂ ਸੀ ਨਾ ਉਹ ਮਾਫੀਆ ਦੇ ਹੀ ਬੰਦੇ ਸੀ ਉਹ ਦੂਸਰੀ ਪਾਰਟੀਆਂ ਦੇ ਬੰਦੇ ਸੀ ਵਿਰੋਧ ਕਰਨ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕਦ ਹੋਰ ਵੱਧ ਰਿਹਾ ਨਵਜੋਤ ਸਿੰਘ ਸਿੱਧੂ ਕੀ ਆਉਣ ਵਾਲੇ 2022 ਦਾ ਭਵਿੱਖ ਵੇਖ ਰਹੇ ਹੋ ਜਾਂ ਪੂਰਾ ਪੰਜਾਬ ਵੇਖ ਰਿਹਾ ਪੰਜ ਜਦੋਂ ਪਿਛਲੀ ਵਾਰੀ ਕੈਪਟਨ ਰਮਿੰਦਰ ਸਿੰਘ ਜੀ ਦੀ ਚਰਚਾ ਸੀ ਲੋਕ ਕਹਿ ਰਹੇ ਸੀ ਕੈਪਟਨ ਰਮਿੰਦਰ ਸਿੰਘ ਜੀ ਨੂੰ ਲੈ ਕੇ ਆਓ ਤਾਂ ਹਾਈ ਕਮਾਂਡ ਨੇ ਕੈਪਟਨ ਰਮਿੰਦਰ ਸਿੰਘ ਜੀ ਨੂੰ ਦਿੱਤਾ ਉਨ੍ਹਾਂ ਨੂੰ ਚਿਹਰਾ ਬਣਾਇਆ ਗਿਆ ਉਹਨਾਂ ਦਾ ਨਾਮ ਅਨਾਉਂਸ ਕੀਤਾ ਗਿਆ ਕਿ ਉਹ ਅਗਲੇ ਮੁੱਖ ਮੰਤਰੀ ਹੋਣਗੇ ਹਾਈ ਕਮਾਂਡ ਦੇ ਕੋਲ ਇਹ ਗੱਲ ਹੈ ਹਾਈ ਕਮਾਂਡ ਦਾ ਪ੍ਰੈਰੋਗੇਟਿਵ ਹੈ ਕਿ ਨੂੰ ਬਣਾਉਣਾ ਹੈ ਲੇਕਿਨ ਜੋ ਅੱਜ ਤੱਕ ਮੈਂ ਜਾਣਦਾ ਹਾਈ ਕਮਾਂਡ ਉਸ ਨੂੰ ਬਣਾਉਂਦੀ ਹੈ ਜਿਹਨੂੰ ਲੋਕ ਚਾਹੁੰਦੇ ਐ ਜੋ ਉਸ ਸਮੇ ਲੋਕਾਂ ਦੀ ਆਵਾਜ਼ ਹੋਏਗੀ ਉਸੇ ਤਰੀਕੇ ਦੇ ਨਾਲ ਲੋਕ ਹਾਈ ਕਮਾਂਡ ਅਨਾਉਂਸ ਕਰੇਗੀ ਲਾ ਸਵਾਲ ਹੈ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬ੍ਰਾਂਚ ਤੁਹਾਡਾ ਬੇਹਦ ਵੱਡਾ ਯੋਗਦਾਨ ਰਿਹਾ ਹੈ ਹਾਲਾਂਕਿ ਪਰਦੇ ਦੇ ਪਿਛਲੇ ਹੀਰੋ ਰਹੇ ਹਾਂ ਅੱਜ ਕੁਝ ਕਹਿਣਾ ਚਾਹੁੰਦੇ ਹਾਂ ਕੈਮਰੇ ਤੇ ਮੇਰਾ ਸੰਘਰਸ਼ ਹੈ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਤੱਕ ਨਹੀਂ ਹੈ ਤੇ ਨਾ ਹੀ ਸੀ ਐਸੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉੱਠਿਆ ਸਭ ਤੋਂ ਪਹਿਲਾਂ ਮੇਰੇ ਘਰ ਹੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਮੈਂ ਪਰਗਟ ਸਿੰਘ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਘਰ ਗਿਆ ਉਥੇ ਤਿੰਨ ਘੜੇ ਤਿੰਨ ਘੰਟੇ ਮੀਟਿੰਗ ਹੋਈ ਫਿਰ ਪੰਜ ਕੁਲੇ ਦੇ ਵਿੱਚ ਅੱਠ ਬੰਦਿਆਂ ਦੀ ਮੀਟਿੰਗ ਹੋਈ ਮੈਂ ਇਹਨਾਂ ਨੂੰ ਸਾਰਿਆਂ ਨੂੰ ਪ੍ਰੇਰ ਕੇ ਇਕੱਠਾ ਕੀਤਾ ਇੱਕ ਸੂਤਰ ਦੇ ਵਿੱਚ ਬੰਨਿਆ ਤਾਂ ਕਿ ਕਾਂਗਰਸ ਪਾਰਟੀ ਤਕੜੀ ਹੋਵੇ ਪੰਜਾਬ ਦੇ ਵਿੱਚ ਤਾਂ ਕਿ ਲੋਕਾਂ ਦੀ ਗੱਲ ਹੋਵੇ ਤਾਂ ਕਿ ਮੁੱਦੇ ਹੱਲ ਹੋਣ ਉਸ ਵਾਸਤੇ ਅਸੀਂ ਸੰਘਰਸ਼ ਕਰ ਰਹੇ ਹਾਂ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਬਣਨਾ ਸਾਨੂੰ ਮੁੱਦਿਆਂ ਨੂੰ ਹੱਲ ਕਰਾਉਣ ਦੇ ਵਿੱਚ ਬਲ ਮਿਲਿਆ ਤੇ ਪਰਮਾਤਮਾ ਕਰੇਗਾ ਅਸੀਂ ਮੁੱਦੇ ਵੀ ਹੱਲ ਕਰਾਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਵੀ ਬਣਾਏਗੀ ਇੱਕ ਚੀਜ਼ ਹੋਰ ਜੋੜ ਦਿੰਨੇ ਆ 2022 ਚ ਦਲਿਤ ਚਿਹਰਾ ਡਿਪਟੀ ਸੀਐਮ ਬਣਾਉਣ ਦੀ ਗੱਲ ਆਖੀ ਜਾ ਰਹੀ ਆ ਤੁਹਾਡਾ ਸਭ ਤੋਂ ਅੱਗੇ ਨਾ ਆ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਮੈਂ ਕਿਸੇ ਅਹੁਦੇ ਦਾ ਗਾਹਕ ਨਹੀਂ ਐ ਨਾ ਹੀ ਮੈਂ ਕਦੇ ਕੋਈ ਅਹੁਦਾ ਮੰਗਿਆ ਜੀ ਤੇ ਨਾ ਹੀ ਮੰਗਣਾ ਮੈਂ ਕਹਿੰਦਾ ਕਿ ਜੀ ਮਸਲੇ ਹੱਲ ਹੋ ਜਾਣ ਗਰੀਬ ਲੋਕਾਂ ਦੇ ਖਾਸ ਔਰਤਾਂ ਦੇ ਦਲਿਤ ਵਰਗ ਜਿਹੜਾ ਕਿ ਗਰੀਬੀ ਦੇ ਵਿੱਚ ਪਿੱਛੇ ਜਾ ਰਿਹਾ ਹੈ ਉਸ ਨੂੰ ਅੱਗੇ ਲੈ ਕੇ ਆਉਣਾ ਹੈ ਉਹਨਾਂ ਦਾ ਕਰਜ਼ਾ ਮਾਫ਼ ਕਰਾਉਣਾ ਉਹ ਹੁਣ ਅਨਾਉਂਸਮੈਂਟ ਹੋਈ ਹੈ ਸਹੀ ਪੜ੍ਹਾਈ ਨੌਕਰੀ ਗਰੀਬ ਨੂੰ ਮਿਲ ਜੇ ਗਰੀਬ ਦਾ ਮੁੰਡਾ ਨੌਕਰੀ ਲੱਗ ਜੇ ਇਹ ਮੇਰੇ ਵਾਸਤੇ ਸਭ ਕੁਝ ਹੈ ਬਹੁਤ ਮਿਹਰਬਾਨੀ ਸੋਇਸੀ ਕੈਬਨ ਮੰਤਰੀ ਚਰਨਜੀਤ ਸਿੰਘ ਚੰਨੀ ਇਹਨਾਂ ਦਾ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਪੁਲਿਸ ਦੀ ਮਿਲੀ ਭੁਗਤਣਾ ਹੋਇਆ ਕਿਉਂਕਿ ਜਿਹੜੇ ਪ੍ਰਦਰਸ਼ਨਕਾਰੀ ਸੀ ਉਹ ਕਿਸਾਨ ਨਹੀਂ ਸੀ ਪਰ ਫਿਰ ਵੀ ਪੁਲਿਸ ਵੱਲੋਂ ਕੀਤੀ ਕਾਰਵਾਈ ਤੇ ਜਿਹੜੀ ਉਹ ਉਪਚ ਚਿੱਠੀ ਲਿਖ ਕੇ ਉਹ ਮਨਾਹੀ ਕੀਤੀ ਗਈ ਹੈ ਕਿ ਉਹਨਾਂ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਆਉਣ ਵਾਲਾ ਭਵਿੱਖ ਨੇ ਔਰ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਰੱਖ ਕੇ ਇਸ ਵੇਲੇ ਚੱਲ ਰਹੀ ਹੈ ਔਰ तमाम ਜਿੰਨੇ ਵੀ ਵਾਦੇ ਹਾਈ ਕਮਾਂਡ ਨੇ ਕਹੇ ਨੇ ਉਹ ਰਹਿੰਦੇ ਦਿਨਾਂ ਚ ਪੂਰੇ ਕੀਤੇ ਜਾਣਗੇ ਕੈਮਰਾਮੈਨ ਵਿੱਕੀ ਤੇ ਮੇਰੇ ਨਾਲ ਮੇਰੇ ਸਹਿਯੋਗੀ ਕਮਲ ਦੇ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ